ਹੁਣ ਤਾਂ ਚੋਰਾਂ ਨੇ ਹੱਦ ਹੀ ਕਰ ਦਿੱਤੀ। ਭਗਵਾਨ ਨੂੰ ਚੜਾਏ ਹੋਏ ਪੈਸੇ ਵੀ ਕਰ ਲਏ ਚੋਰੀ। ਮੌਕੇ ਤੇ ਸੀਸੀਟੀਵੀ ਆਈ ਸਾਹਮਣੇ। ਆ ਦੇਖੋ ਚੋਰਾਂ ਦਾ ਹਾਲ, ਦੁਕਾਨ 'ਚ ਵੜ ਕੇ ਭਗਵਾਨ ਨੂੰ ਚੜਾਏ ਹੋਏ ਪੈਸੇ ਵੀ ਚੋਰੀ ਕਰ ਲਏ ਨੇ। ਤੇ ਇਹਨਾਂ ਵੱਲੋਂ 8 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੇ ਵਿੱਚ ਇਹਨਾਂ ਵੱਲੋਂ ਤਿਜੋਰੀਆਂ ਤੋੜੀਆਂ ਗਈਆਂ ਤੇ ਸੀਸੀਟੀਵੀ ਕੈਮਰਿਆਂ ਨਾਲ ਵੀ ਛੇੜਛਾੜ ਕੀਤੀ ਗਈ ਤੇ ਇਹ ਵਾਰਦਾਤ ਕਰਦੇ ਕੈਮਰੇ ਦੇ ਵਿੱਚ ਕੈਦ ਵੀ ਹੋ ਜਾਂਦੇ ਨੇ ਤੇ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਦੱਸ ਦੇ ਕਿ ਮਾਮਲਾ ਮਾਨਸਾ ਦਾ, ਜਿੱਥੇ ਅਨਾਜ ਮੰਡੀ ਦੇ ਵਿੱਚ ਚੋਰਾਂ ਦੇ ਗਿਰੋਹ ਨੇ 8 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਤਾਲੇ ਤੋੜ ਕੇ ਅੰਦਰ ਦਾਖਲ ਹੁੰਦੇ ਨੇ, ਜਿਸ ਤੋਂ ਬਾਅਦ ਇਹਨਾਂ ਵੱਲੋਂ ਤਿਜੋਰੀਆਂ ਤੋੜੀਆਂ ਜਾਂਦੀਆਂ ਨੇ ਤੇ ਭਗਵਾਨ ਨੂੰ ਚੜਾਏ ਹੋਏ ਪੈਸੇ ਵੀ ਇਹਨਾਂ ਵੱਲੋਂ ਨਹੀਂ ਬਖਸ਼ੇ ਜਾਂਦੇ ਤੇ ਮੌਕੇ ਤੇ ਉਹ ਵੀ ਚੋਰੀ ਕਰ ਲਏ ਜਾਂਦੇ ਨੇ, ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ। ਇਸ ਸੰਬੰਧੀ ਪੁਲਿਸ ਨੇ ਕਿਹਾ ਕਿ ਅਨਾਜ ਮੰਡੀ ਦੇ ਵਿੱਚ ਚੋਰਾਂ ਵੱਲੋਂ ਵੱਡੀ ਚੋਰੀ ਕੀਤੀ ਗਈ ਹੈ ਤੇ 8 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸੰਬੰਧੀ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਤੇ ਜਾਂਚ ਦਾ ਭਰੋਸਾ ਦਿੱਤਾ ਗਿਆ। ਉਹਦੇ ਦੂਜੇ ਪਾਸੇ ਉਹਨਾਂ ਨੇ ਦੱਸਿਆ ਕਿ ਚੋਰਾਂ ਨੇ ਦੁਕਾਨਾਂ ਦੇ ਜਿੰਦੇ ਤੋੜੇ ਨੇ ਤੇ ਦੁਕਾਨ ਦੇ ਵਿੱਚ ਕੋਈ ਜ਼ਿਆਦਾ ਨਕਦੀ ਨਾ ਹੋਣ ਕਰਕੇ ਵੱਡੇ ਨੁਕਸਾਨ ਹੋਣ ਤੋਂ ਬਚਾ ਰਿਹਾ ਤੇ ਨਾਲ ਹੀ ਕਿਹਾ ਕਿ ਥਾਣੇ ਵੱਲੋਂ 3 PCR ਵੀ ਰਾਤ ਨੂੰ ਗਸ਼ਤ ਕਰਦੀਆਂ ਨੇ ਤੇ ਧੁੰਦ ਜ਼ਿਆਦਾ ਹੋਣ ਦੇ ਕਾਰਨ ਚੋਰਾਂ ਨੇ ਇਸੇ ਗੱਲ ਦਾ ਫਾਇਦਾ ਚੱਕਿਆ ਤੇ CCTV ਵੀ ਪੁਲਿਸ ਵੱਲੋਂ ਖੰਗਾਲੀ ਜਾਰੀ ਹੈ ਤੇ ਇਹਨਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮੈਂ ਖੁਦ ਵੀ ਇੱਕ ਆੜ੍ਹਤੀ ਹੈ ਅਤੇ ਵਪਾਰ ਮੰਡਲ ਦਾ ਜਨਰਲ ਸੈਕਟਰੀ ਵੀ ਹੈਗੇ, ਪਰ ਜਿਹੜੇ ਹਿਸਾਬ ਨਾਲ ਇਹ ਘਟਨਾ ਹੋਈ ਹੈ ਸਾਡਾ ਹੌਸਲਾ ਟੁੱਟ ਗਿਆ, ਕਿਉਂਕਿ ਅਸੀਂ ਆਮ ਤੌਰ 'ਤੇ ਸਾਡਾ ਜਨਰਲ ਪ੍ਰੈਕਟਿਸ ਕੀ ਹੁੰਦੀ ਹੈ ਕਿ ਸਾਡੇ ਕੋਲ ਕੋਈ ਜ਼ਿੰਮੀਦਾਰ ਆਉਂਦੇ ਹੈ ਫਸਲ ਵੇਚਣ ਵਾਸਤੇ, ਠੀਕ ਹੈ, ਤਾਂ ਅਸੀਂ ਉਹਨਾਂ ਨੂੰ ਕਈ ਵਾਰ ਕਹਿ ਦਿੰਦੇ ਹਾਂ ਭਾਈ ਵੀ ਤੁਸੀਂ ਅੰਦਰ ਪੈ ਜਾਓ, ਦੁਕਾਨ ਦੀ ਗੱਦੀ ਵਿਛੀ ਪਈ ਹੈਗੀ ਹੈ ਅਤੇ ਹਨੇਰਾ ਹੋ ਗਿਆ ਤੁਸੀਂ ਅੰਦਰ ਪੈ ਜਾਓ, ਠੀਕ ਹੈ, ਜਾਂ ਲੇਬਰ ਵਾਲੇ ਸਾਡੇ ਤੋਂ ਚਾਬੀ ਲੈ ਲੈਂਦੇ ਹੈਗੇ ਭਾਈ ਵੀ ਬਹੂ ਜੀ ਚਾਬੀ ਦਿਓ ਅਤੇ ਅਸੀਂ ਅੰਦਰ ਬੈਠਣਾ ਹੈਗਾ, ਅਸੀਂ ਚਾਬੀ ਦੇ ਨੇ ਅੰਦਰ ਬਹਿ ਜਾਂਦੇ ਉਹ। ਇਹ ਤਾਂ ਸ਼ੁਕਰ ਹੈਗੀ ਹੈ ਕਿ ਅੰਦਰ ਕੋਈ ਬੰਦਾ ਨਹੀਂ ਹੈਗਾ ਸੀਗਾ, ਜੇ ਅੰਦਰ ਬੰਦਾ ਹੁੰਦਾ ਤਾਂ ਬੰਦੇ ਨੂੰ ਮਾਰ ਕੇ ਸੁੱਟੇ ਜਾਂਦੇ। ਸਾਡੇ ਹੌਸਲੇ ਟੁੱਟੇ ਹੋਏ ਨੇਗੇ, ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਸਾਨੂੰ ਇਸ ਦਾਣਾ ਮੰਡੀ ਦੇ ਵਿੱਚ ਕਾਰੋਬਾਰ ਕਰਨਾ ਚਾਹੀਦਾ ਹੈਗਾ ਕਿ ਨਹੀਂ ਕਰਨਾ ਚਾਹੀਦਾ। ਇਸ ਮੰਡੀ ਦੇ ਆਧਾਰ 'ਤੇ ਜਿਹੜੀ ਸਰਕਾਰ ਸਾਡੇ ਤੋਂ ਟੈਕਸ ਲੈਂਦੀ ਹੈ ਜਾਂ ਫੀਸਾਂ ਲੈਂਦੀ ਹੈਗੀ ਹੈ, ਉਹ ਕਿਸ ਵਜ੍ਹਾ ਨਾਲ ਲੈ ਰਹੀ ਹੈ ਸਾਡੇ ਤੋਂ? ਦੁਕਾਨਾਂ ਤਾਂ ਅਸੀਂ ਪੈਸੇ ਦੇ ਕੇ ਲਿੱਤੀਆਂ ਸਰਕਾਰ ਤੋਂ, ਠੀਕ ਹੈ ਨਾ, ਉਦੋਂ ਬਾਅਦ ਜਿਹੜੀ ਫੀਸ ਦੇ ਰਹੇ ਹਾਂ, ਫੀਸ ਤਾਂ ਸਰਕਾਰ ਤੋਂ ਸਰਵਿਸ ਲੈਣ ਵਾਸਤੇ ਦੇ ਰਹੇ ਹਾਂ ਅਸੀਂ। ਦੂਸਰੀ ਚੀਜ਼, ਪੰਜਾਬ ਦੇ ਵਿੱਚ ਇੱਕ ਕਲੋਨਾਈਜਿੰਗ ਐਕਟ ਲੱਗਦਾ ਹੈ, ਕਲੋਨਾਈਜਿੰਗ ਐਕਟ ਦੇ ਅਧੀਨ ਚੌਂਕੀਦਾਰ, ਲਾਈਟਾਂ, ਸੀਵਰੇਜ, ਪਾਣੀ, ਹਰ ਤਰ੍ਹਾਂ ਦੀ ਸਰਵਿਸ ਜਿਹੜਾ ਕਲੋਨਾਈਜਰ ਨੂੰ ਦੇਣੀ ਪੈਂਦੀ ਹੈਗੀ ਹੈ ਉਹ ਉਸ ਕਲੋਨੀ ਦੇ ਉੱਪਰ ਲੱਗਦੀ ਹੈ। ਇਹ ਇੱਕ ਕਮਰਸ਼ੀਅਲ ਕਲੋਨੀ ਹੈ, ਜਿਹੜੀਆਂ ਆੜ੍ਹਤੀਆਂ ਦੀ ਦੁਕਾਨਾਂ ਹੈਗੀਆਂ, ਕਮਰਸ਼ੀਅਲ ਕਲੋਨੀ ਹੈ ਇਹ, ਤਾਂ ਕਲੋਨਾਈਜਿੰਗ ਐਕਟ ਦੇ ਅਨੁਸਾਰ ਜਿੰਨੀਆਂ ਸਰਵਿਸਿਸ ਬਣਦੀਆਂ ਉਹ ਸਾਰੀਆਂ ਦੇਣੀਆਂ ਬਣਦੀਆਂ ਹੈਗੀਆਂ। ਅੱਜ ਸਵੇਰ ਸਾਨੂੰ ਕਾਲ ਆਈ ਹੈ ਵੀ ਅਨਾਜ ਮੰਡੀ ਦੇ ਵਿੱਚ ਕੁਝ ਦੁਕਾਨਾਂ ਦੇ ਲੋਕ ਤੋੜੇ ਗਏ ਨੇ, ਅਸੀਂ ਆ ਕੇ ਹੁਣੇ ਵੈਰੀਫਾਈ ਕਰ ਰਹੇ ਨੇ, ਕੁਛ ਜੋ ਸਾਹਮਣੇ ਆਊਗਾ ਉਸ ਦੇ ਅਕੋਰਡਿੰਗ ਕਾਰਵਾਈ ਕੀਤੀ। ਉਹ ਹਾਲੇ ਤੱਕ ਕੋਈ ਕੈਸ਼ ਵਗੈਰਾ ਜਾਂ ਕੋਈ ਲੋਕ ਵਗੈਰਾ ਤੋੜੇ ਗਏ ਆ, ਬਟ ਚੰਗੀ ਕਿਸਮਤ ਨੂੰ ਦੁਕਾਨਾਂ 'ਚ ਕੈਸ਼ ਵਗੈਰਾ ਇੰਨਾ ਹੈ ਨਹੀਂ ਸੀ ਵਿੱਚ, ਅਤੇ ਜੋ ਵੀ ਸਾਹਮਣੇ ਆਊਗਾ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ। ਕਿੰਨੀਆਂ ਕੁ ਦੁਕਾਨਾਂ 'ਤੇ ਹੋਏ ਆ ਜੀ? ਹਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਪੂਰੀ ਟੋਟਲ ਕਿੰਨੀਆਂ ਦੁਕਾਨਾਂ, 4 ਕੁ ਦੁਕਾਨਾਂ 'ਤੇ ਵਿਜ਼ਿਟ ਕੀਤਾ ਅਤੇ ਉਹਨਾਂ ਦੇ ਕੁਛ ਲੈਪਟੋਪ ਵਗੈਰਾ ਤੋਂ ਪਏ ਰਹਿ ਗਏ, ਕੈਸ਼ ਹੈ ਨਹੀਂ ਸੀ, ਲੋਕ ਭੰਨੇ ਹੋਏ ਉਹਨਾਂ ਲੋਕਰਾਂ ਦੇ, ਕਿਸ ਤੋਂ 2000 ਰੁਪਏ ਦੱਸਦੇ ਸੀ, ਬਾਕੀ ਵੈਰੀਫਾਈ ਕਰਨ ਦੇ ਅਕੋਰਡਿੰਗ ਪਤਾ ਲੱਗ ਜੂ ਕੀ ਕੁਛ ਹੈ। ਕੁਛ CCTV ਦੇ ਵਿੱਚ ਵੀ ਕੋਈ ਫੁਟੇਜ? CCTV ਫੁਟੇਜ ਚੈੱਕ ਕਰ ਰਹੇ ਹਾਂ ਸਾਰੀਆਂ, ਜੋ ਵੀ ਸਾਹਮਣੇ ਉਸ ਦੇ ਅਕੋਰਡਿੰਗ ਆਪਾਂ ਟਰੇਸ ਕਰ ਲਾਂਗੇ। ਇਸ ਰੋਡ ਤੇ ਕੋਈ ਗਸਤ ਰਹਿੰਦੀ ਨੇ ਜੀ ਰਾਤ ਨੂੰ? ਕੋਈ PCR ਹੈਗੀਆਂ ਨੇ ਪੂਰੇ ਸਿਟੀ 1 ਏਰੀਆ ਦੇ ਵਿੱਚ, 3 PCR ਲੱਗੀਆਂ ਹੋਈਆਂ ਨੇ, ਹੁਣ ਧੁੰਦਾ ਕਰਕੇ ਥੋੜਾ ਫਾਇਦਾ ਚੱਕ ਜਾਂਦੇ ਨੇ ਲੋਕ, PCR ਰੋਡ ਤੇ ਵੀ ਰਹਿੰਦੀਆਂ ਨੇ, ਸ਼ਹਿਰ ਦੇ ਵਿੱਚ ਵੀ ਰਹਿੰਦੀਆਂ ਨੇ। ਅੱਜ ਜੀ ਦਾਣਾ ਮੰਡੀ ਨਵੀਂ ਜਿਹੜੀ ਸਾਡੀ ਹੈ ਮਾਨਸਾ ਵਿਖੇ, 8 ਦੁਕਾਨਾਂ ਤੇ ਪੂਰੇ ਸਾਹਸ ਨਾਲ ਡਾਕੇ ਵਾਂਗੂ ਡਾਕੇ ਪਏ ਨੇ ਜੀ, ਸ਼ਟਰ ਤੋੜਤੇ, ਭੰਨਤੇ, ਪੇਟੀਆਂ ਤੋੜਤੀਆਂ, ਭੰਨਟੀਆਂ, ਕਿਸੇ ਦਾ ਕੋਈ ਡਰ ਨਹੀਂ, ਕਿਸੇ ਦਾ ਕੋਈ ਭੈ ਨਹੀਂ।
ਦੇਖੋ ਇੱਕ ਦਿਨ ਦੇ ਵਿੱਚ ਅੱਠ ਦੁਕਾਨਾਂ ਜੀ, ਅੱਠ ਦੁਕਾਨਾਂ ਦਾ ਸਾਰਾ ਤੋੜ ਭੰਨ ਤੇ ਪੇਟੀਆਂ ਭੰਨਣੀਆਂ। ਅਸੀਂ ਦੇਖੋ ਕਹਿੰਦੇ ਆ ਵੀ ਇਹ ਪੁਲਿਸ ਦਾ ਕੰਮ ਹੈ, ਸੈਕੰਡਲੀ ਮਾਰਕੀਟ ਕਮੇਟੀ ਦਾ ਕੰਮ ਹੈ। ਜਿਹੜੀ ਮੇਰੀ ਆਪਦੀ ਦੁਕਾਨ ਤੇ ਅੱਜ ਹੋਈ ਹੈ ਜੀ, ਔਰ ਸੱਤ ਮੇਰੇ ਭਰਾਵਾਂ ਦੇ ਹੋਏ ਆ। ਮੈਂ ਕਹਿਣਾ ਜਦੋਂ ਮਾਰਕੀਟ ਕਮੇਟੀ ਸਾਥੋਂ ਅੰਦਾਜ਼ਾ 300 ਰੁਪਏ ਕੁਇੰਟਲ ਤੱਕ, 300 ਰੁਪਏ ਕੁਇੰਟਲ ਅੱਜ ਕਿਸੇ ਨੂੰ ਨਹੀਂ ਬਣਦਾ, ਕਾਰਖਾਨੇ ਦਾ ਰਿਹਾ ਵਪਾਰੀ ਹੈ, ਸਾਥੋਂ ਲੈਂਦੀ ਹੈ ਕਿ ਉਹਦਾ ਸਿਕਿਉਰਿਟੀ ਜਿੱਥੇ ਦੇਣ ਦਾ ਹੱਕ ਨਹੀਂ ਪੰਜ ਚਾਰ ਬੰਦੇ। ਸੈਕੰਡਲੀ ਪੁਲਿਸ ਕਾਹਦੇ ਵਾਸਤੇ ਹੈ ਜੀ, ਕੀ ਕਰੂਗੀ ਪੁਲਿਸ? ਸਾਰਾ ਦਿਨ ਮੰਡੀ 'ਚ ਸਾਰਾ ਕੁਛ ਹੋਈ ਜਾਂਦਾ, ਕੋਈ ਇੱਥੇ ਸਾਨੂੰ ਨਾ ਤਾਂ ਪੁਲਿਸ ਦਾ ਕੋਈ ਉਹ ਹੈ, ਸਹਿਯੋਗ ਹੈ। ਪੁਲਿਸ ਦਾ ਡਰ ਚਾਹੀਦਾ ਵੀ ਪੁਲਿਸ ਬੈਠੀ ਹੈ, ਲਟਕਾ ਦੂ ਪੁੱਠੇ। ਔਰ ਮਾਰਕੀਟ ਕਮੇਟੀ ਦਾ ਆਪਦਾ ਜੁੰਮਾ ਬਣਦਾ ਕਿ ਅਸੀਂ ਇੰਨਾ ਇੰਨਾ 38 ਰੁਪਈਆ ਫੰਡ ਇਕੱਠਾ ਕਰਦੇ ਹਾਂ, ਅਤੇ ਕੋਈ ਕਿਸੇ ਦੇ ਕੰਨ 'ਤੇ ਜੂ ਨਹੀਂ ਸਰਕ ਰਹੀ। ਚਾਰ ਕਿਉਂ ਨਹੀਂ ਸਿਕਿਉਰਿਟੀ ਦੇ ਬੰਦੇ ਲਾਉਂਦੀ ਮਾਰਕੀਟ ਕਮੇਟੀ? ਮੈਂ ਆੜਤੀਏ ਭਰਾਵਾਂ ਨੂੰ ਕਹਿਣਾ, ਆਪਾਂ ਮਾਨਸਾ ਤੋਂ ਕਰੋ ਸ਼ੁਰੂ, ਅਸੀਂ ਕੋਈ ਕਮੇਟੀ ਨਹੀਂ ਦਿੰਦੇ, ਜਿਹੜਾ ਕੁਛ ਕਰਨਾ ਸਾਡਾ ਆ ਕੇ ਕਰ ਲਓ, ਅਸੀਂ ਨਾਲ ਹਾਂ।